ਦੋਸਤੋ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਨੌਜਵਾਨੀ ਇਸ ਵਕਤ ਨਸ਼ੇ ਦੀ ਮਾਰ ਹਿੱਟ ਹੈ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਤੇ ਪੂਰਾ ਬੋਝ ਬਣਿਆ ਹੋਇਆ ਇਸ ਵਕਤ ਪੂਰਾ ਦਬਾਅ ਬਣਿਆ ਹੋਇਆ ਤੇ ਜੇ ਸਿਆਸੀ ਲੋਕਾਂ ਦੀ ਗੱਲ ਕਰੀਏ ਸਿਆਸਤ ਦੇ ਵਿੱਚ ਵੀ ਇਸ ਵਕਤ ਪੂਰਾ ਉਬਾਲ ਦੇਖਣ ਨੂੰ ਮਿਲ ਰਿਹਾ ਹੈ ਨਸ਼ੇ ਦੇ ਮੁੱਦ ਨੂੰ ਲੈ ਕੇ ਨਸ਼ੇ ਦੇ ਮਾਮਲੇ ਨੂੰ ਲੈ ਕੇ ਲੋਕਾਂ ਦੇ ਵਿੱਚ ਵਿਚਰ ਰਿਹਾ ਗੱਲਬਾਤ ਕਰਾਂਗੇ ਪੁੱਛਾਂਗੇ ਕਿ ਉਹਨਾਂ ਦਾ ਇਸ ਬਾਰੇ ਕੀ ਤਜਰਬਾ ਹੈਗਾ ਕੀ ਉਹਨਾਂ ਦਾ ਅੱਜ ਦੇ ਜਿਹੜੇ ਆਲੇ ਦੁਆਲੇ ਮਾਹੌਲ ਬਣਿਆ ਹੋਇਆ ਉਹਦੇ ਬਾਰੇ ਇਹਨਾਂ ਦਾ ਕੀ ਕਹਿਣਾ ਹੈ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਅਮਰਿੰਦਰ ਸਿੰਘ ਹੈ ਜੀ ਅਮਰਿੰਦਰ ਜੀ ਕਿੱਦਾਂ ਦੇਖਦੇ ਪੰਜਾਬ ਦੇ ਵਿੱਚ ਇਸ ਵਕਤ ਨਸ਼ੇ ਦੀ ਹਾਲਤ ਦੇਖੋ ਪੰਜਾਬ ਦੇ ਵਿੱਚ ਨਸ਼ੇ ਦੀ ਹਾਲਤ ਜਿਹੜੀ ਹੈ ਉਹ ਪਿਛਲੇ ਬਹੁਤ ਲੰਮੇ ਸਮੇਂ ਤੋਂ ਬਹੁਤ ਨਾਜ਼ੁਕ ਬਣੀ ਹੋਈ ਹੈ ਤੇ ਕੈਪਟਨ ਸਾਹਿਬ ਨੂੰ ਲੋਕਾਂ ਨੇ ਵੋਟਾਂ ਪਾਈਆਂ ਕਿਉਂਕਿ ਉਹਨਾਂ ਨੇ ਗੁਟਕਾ ਸਾਹਿਬ ਚੱਕ ਕੇ ਲੋਕਾਂ ਦੇ ਪਬਲਿਕਲੀ ਸੌ ਚੱਕੀ ਕਿ ਵੀ ਮੈਂ 1 ਮਹੀਨੇ ਦੇ ਵਿੱਚ ਵਿੱਚ ਇਸ ਨੂੰ ਸਾਰੇ ਨੂੰ ਨਸ਼ੇ ਨੂੰ ਕੰਟਰੋਲ ਕਰਾਂਗਾ ਤੇ ਪੰਜਾਬ ਦੇ ਵਿੱਚੋਂ ਇਹਨੂੰ ਨਿਸ਼ਤ ਨਬੂਤ ਕਰ ਦਵਾਂਗਾ ਪਰ ਲੇਕਿਨ ਤਕਰੀਬਨ 1 ਸਾਲ ਹੋ ਗਿਆ ਤੇ ਹੁਣ ਜੋ ਇੱਕ ਮੀਡੀਆ ਦੇ ਵਿੱਚ ਬਹੁਤ ਵੱਡੀ ਦਰਦਨਾਕ ਸਿਚੁਏਸ਼ਨ ਬਣੀ ਹੋਈ ਆ ਉਸ ਤੋਂ ਬਾਅਦ ਥੋੜਾ ਜਿਹਾ ਹਰਕਤਾਂ ਚਾਇਦ ਦਿਖ ਰਹੇ ਆ ਤੇ ਸਾਨੂੰ ਉਮੀਦ ਹੈ ਕਿ ਕੈਪਟਨ ਸਾਹਿਬ ਕੁਝ ਨਾ ਕੁਝ ਕਰਨਗੇ ਜੀ ਗੱਲ ਕਰੀਏ ਕੁਝ ਲੋਕ ਇਹ ਵੀ ਆਵਾਜ਼ ਚੱਕ ਰਹੇ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਰਵਾਇਤੀ ਨਸ਼ੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਬੀਜਣ ਦੀ ਉਗਾਉਣ ਦੀ ਜਾਂ ਵੇਚਣ ਦੀ ਖੁੱਲ੍ਹ ਦੇਣੀ ਚਾਹੀਦੀ ਹੈ ਤਾਂ ਜੋ ਜਿਹੜਾ ਸਿੰਥੈਟਿਕ ਡਰਗ ਆ ਲੋਕਾਂ ਦੀ ਮੌਤ ਦਾ ਕਾਰਨ ਬਣ ਰਿਹਾ ਨੌਜਵਾਨਾਂ ਦੀ ਮੌਤ ਦਾ ਕਾਰਨ ਬਣ ਰਿਹਾ ਉਹ ਤੋਂ ਕਿਤੇ ਨਾ ਕਿਤੇ ਨਜਾਤ ਮਿਲ ਸਕੇ ਇਹ ਇੱਕ ਇਹ ਵੀ ਇੱਕ ਵਿਊ ਹੈਗਾ ਤੇ ਆਪਣੇ ਪਟਿਆਲਾ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਹੈਗੇ ਰਾਜਮਾਨ ગાંધી ਜੀ ਉਹਨਾਂ ਨੇ ਵੀ ਪਬਲਿਕਲੀ ਧਰਮਵੀਰ ਗਾਂਧੀ ਜੀ ਉਹਨਾਂ ਨੇ ਵੀ ਪਾਰਲੀਮੈਂਟ ਦੇ ਵਿੱਚ ਵੀ ਭਰੋਸਾ ਦਿੱਤਾ ਲੋਕਾਂ ਨੂੰ ਵੀ ਮੈਂ ਮੁੱਦਾ ਚੱਕਾਂਗਾ ਠੀਕ ਹੈ ਪੰਜਾਬ ਦੇ ਵਿੱਚ ਰਵਾਇਤੀ ਨਸ਼ਾ ਆ ਇੱਕ ਲੋਕੀ ਇਸਤੇਮਾਲ ਕਰਦੇ ਆ ਫੀਮ ਦਾ ਇਸਤੇਮਾਲ ਹੁੰਦਾ ਇੱਥੇ ਭੁੱਕੀ ਡੋਡੇ ਲੋਕੀ ਰਵਾਇਤੀ ਕਰਦੇ ਆ ਉਹਨਾਂ ਨਾਲ ਮਤਲਬ ਜਾਨ ਨਹੀਂ ਜਾਂਦੀ ਬੰਦੇ ਦੀ ਲੇਕਿਨ ਉਹ ਵੀ ਚੀਜ਼ ਤਾਂ ਗਲਤ ਹੀ ਹੈ ਜਿਹੜਾ ਇਹ ਦੂਜਾ ਸਿੰਥੈਟਿਕ ਨਸ਼ਾ ਆਇਆ ਇਹ ਤਾਂ ਸਿੱਧਾ ਜਾਨ ਲੈਵਾ ਸਾਬਤ ਹੋ ਰਿਹਾ ਹੈ ਇਹਦੇ ਨਾਲ ਬਹੁਤ ਨੌਜਵਾਨੀ ਜਿਹੜੀ ਆ ਮਰ ਰਹੀ ਹੈ ਇਹ ਚਿੰਤਾ ਦਾ ਵਿਸ਼ਾ ਜ਼ਿਆਦਾ ਹੈ ਤੇ ਇਹਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਸਰਕਾਰ ਨੂੰ ਚਾਹੀਦਾ ਕਿ ਜਿੰਨੇ ਵੀ ਤਸਕਰ ਹੈਗੇ ਆ ਜਿਹੜੇ ਲੋਕੀ ਇਸ ਧੰਦੇ ਦੇ ਵਿੱਚ ਲੱਗੇ ਹੋਏ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਵੇ ਤੇ ਉਹਨਾਂ ਨੂੰ ਕੰਟਰੋਲ ਕਰੇ ਸਰਕਾਰ ਹੁਣ ਕਹਿ ਰਹੀ ਹੈ ਕਿ ਜਿਹੜੇ ਡਰਗ ਤਸਕਰ ਨੇ ਉਹਨਾਂ ਦੇ ਖਿਲਾਫ ਅਸੀਂ ਮੌਤ ਦੀ ਸਜ਼ਾ ਦੀ ਮੰਗ ਕਰ ਰਹੇ ਹਾਂ ਕੇਂਦਰ ਤੱਕ ਆਵਾਜ਼ ਪਹੁੰਚਾਵਾਂਗੇ ਕਿੱਦਾਂ ਦੇ ਦੇ ਸੀ ਨਹੀਂ ਇਹ ਤਾਂ ਮੈਂ ਸਮਝਦਾ ਕਿ ਕੈਪਟਨ ਸਾਹਿਬ ਨੇ ਇੱਕ ਰਾਜਨੀਤਿਕ ਸਟੰਟ ਖੇਡਿਆ ਹੈ ਨਾ ਉਹ ਮੌਤੀ ਸਜ਼ਾ ਦੇ ਸਕਦੇ ਆ ਤੇ ਨਾ ਹੀ ਮੌਤੀ ਸਜ਼ਾ ਜਿਹੜੀ ਹੈ ਵਾਇਬਲ ਹੈ ਕੰਟਰੋਲ ਕਰਨ ਦੇ ਹੋਰ ਬੜੇ ਬੜੇ ਤਰੀਕੇ ਆ 10 ਸਾਲ ਦੀ ਸਜ਼ਾ ਜਾਂ ਉਮਰ ਕੈਦ ਵੀ ਬਹੁਤ ਵੱਡੀ ਸਜ਼ਾ ਹੁੰਦੀ ਹੈ ਤੇ ਜੇ ਉਹਨਾਂ ਨੇ ਉਹਨੂੰ ਰੋਕਣਾ ਹੈ ਤੇ 10 ਸਾਲ ਦੇ ਵਿੱਚ ਹੀ ਰੁਕ ਜਾਂਦਾ ਹੈ ਉਹਨੂੰ ਬੇਲ ਨਾ ਹੋਣ ਦੇਣ ਤਸਕਰਾਂ ਦੀ ਤਸਕਰ ਨੂੰ ਪਹਿਲੀ ਗੱਲ ਤਾਂ ਉਹਨੂੰ ਫੜਨਾ ਹੈ ਜੇ ਤੁਸੀਂ ਤਸਕਰ ਨੂੰ ਫੜਦੇ ਹੀ ਨਹੀਂ ਉਹ ਥਾਣੇ ਦੇ ਵਿੱਚ ਪੁਲਿਸ ਹੀ ਲੈ ਦੇ ਕੇ ਛੱਡ ਦਿੰਦੀ ਹੈ ਪੁਲਿਸ ਵੀ ਹੁਣ ਦਿਖ ਰਿਹਾ ਕਿ ਇਸ ਪੁਲਿਸ ਤਸਕਰੀ ਦੇ ਵਿੱਚ ਲੱਗੀ ਹੋਈ ਹੈ ਪੈਸਾ ਕਮਾ ਰਹੀ ਕੀ ਨਾਮ ਜੀ ਤੁਹਾਡਾ ਮਨਪ੍ਰੀਤ ਸਿੰਘ ਜੀ ਮੈਂਪੀ ਜੀ ਕਿੱਦਾਂ ਦੇਖਦੇ ਪੰਜਾਬ ਦੇ ਵਿੱਚ ਇਸ ਵਕਤ ਨਸ਼ੇ ਦੇ ਹਾਲਾਤਾਂ ਬਹੁਤ ਮਾੜੇ ਹਾਲਾਤ ਨੇ ਪੰਜਾਬ ਚ ਅਸੀਂ ਪੰਜਾਬ ਸਰਕਾਰ ਸਿਰਫ ਕੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਾਂਗੇ ਕਿ ਪੰਜਾਬ ਦੇ ਜਿਹੜੀ ਨੌਜਵਾਨੀ ਨਸ਼ੇ ਨਾਲ ਮਰ ਰਹੀ ਹੈ ਉਹਦੇ ਤੇ ਧਿਆਨ ਦੇਣ ਤੇ ਲੋਕਾਂ ਨੂੰ ਜੇ ਅਸੀਂ ਗੱਲ ਕਰੀਏ ਰਵਾਇਤੀ ਨਸ਼ਿਆਂ ਦੀ ਗੱਲ ਉੱਠ ਰਹੀ ਹੈ ਕਿ ਰਵਾਇਤੀ ਨਸ਼ਿਆਂ ਦੀ ਪਰਮਿਸ਼ਨ ਦੇਣੀ ਚਾਹੀਦੀ ਹੈ ਤਾਂ ਜੋ ਜਿਹੜੇ ਆ ਸਿੰਥੈਟਿਕ ਨਸ਼ਾ ਆ ਲੋਕਾਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ ਇਹ ਤੋਂ ਕਿਤਨਾ ਕਿਤੇ ਬਚਿਆ ਜਾ ਸਕੇ ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਠੀਕ ਹੈ ਜੀ ਅਗਰ ਇਹ ਕਰਦੇ ਤਾਂ ਜਿਹੜਾ ਸਿੰਥੈਟਿਕ ਨਸ਼ਾ ਉਹ ਖਰਾਬ ਹੈ ਬਹੁਤ ਉਹ ਸਿੱਧੀ ਜਾਨ ਨਹੀਂ ਲੈਂਦਾ ਬੰਦੇ ਦੀ ਤੇ ਇਹ ਅਗਰ ਇਹ ਹੋ ਜਾਂਦਾ ਤਾਂ ਠੀਕ ਹੋਊਗਾ ਤੁਹਾਡੇ ਹਿਸਾਬ ਦੇ ਨਾਲ ਨੌਜਵਾਨ ਕਾਤੋਂ ਨਸ਼ਿਆਂ ਵੱਲ ਜ਼ਿਆਦਾ ਜਾ ਰਿਹਾ ਹੈ ਜੇ ਅਸੀਂ ਬੇਸਿਕ ਕਾਰਨ ਬੇਜ਼ਗਾਰੀ ਬੇਜ਼ਗਾਰੀ ਬਹੁਤ ਹੈ ਨੌਜਵਾਨਾਂ ਨੂੰ ਕੋਲ ਕੋਈ ਕੰਮ ਨਹੀਂ ਹੈ ਪੰਜਾਬ 'ਚ ਜ਼ਿਆਦਾ ਕੰਮ ਨਸ਼ੇ ਤੇ ਹੀ ਚੱਲ ਰਿਹਾ ਹੈ ਬਸ ਪੰਜਾਬ ਸਰਕਾਰ ਕੁਝ ਨਹੀਂ ਕਰ ਰਹੀ ਸਟੇਟ ਸਾਲ ਹੋ ਗਏ ਤੁਹਾਨੂੰ ਲੱਗਦਾ ਕਿ ਵੀ ਨੌਜਵਾਨਾਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਤਾਂ ਜੋ ਉਹ ਨਸ਼ਿਆਂ ਤੋਂ ਵੱਟ ਜਾ ਆਹ ਰੋਜ਼ਗਾਰ ਬਹੁਤ ਜ਼ਰੂਰੀ ਹੈ ਜੋ ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਆਂਦਿਆਂ ਸਾਰ ਲੋਕਾਂ ਨੂੰ ਜੌਬਸ ਦਵਾਂਗਾ ਨੌਜਵਾਨਾਂ ਨੂੰ ਜੌਬਸ ਦਵਾਂਗਾ ਨਸ਼ਾ ਹਫਤੇ ਦੇ ਵਿੱਚ ਚਾਰ ਹਫਤੇ ਵਿੱਚ ਖਤਮ ਕਰਾਂਗਾ ਪਰ ਉਹ ਕੁਝ ਨਹੀਂ ਹੋਇਆ ਉਹ ਕੀ ਨਾਮ ਜੀ ਤੁਹਾਡਾ ਧੰਨ ਸਿੰਘ ਹੈ ਜੀ ਬਾਬਾ ਜੀ ਕਿੱਦਾਂ ਦੇਖਦੇ ਆ ਤੁਸੀਂ ਪੰਜਾਬ ਦੇ ਵਿੱਚ ਨਸ਼ਾ ਇਸ ਵਕਤ ਬਹੁਤ ਜ਼ਿਆਦਾ ਵੱਧ ਗਿਆ ਕਿੱਦਾਂ ਦੇਖਦੇ ਬਸ ਨਸ਼ਾ ਤਾਂ ਇਹ ਹੋਣਾ ਹੀ ਨਹੀਂ ਚਾਹੀਦਾ ਜੀ ਇਹ ਤਾਂ ਇਹਨਾਂ ਨੂੰ ਮਨਿਸਟਰਾਂ ਨੂੰ ਇਹ ਸੋਚਣਾ ਚਾਹੀਦਾ ਵੀ ਹਾਂ ਕੋਈ ਨਾ ਕੋਈ ਇਹਨੇ ਨਕੇਲ ਪਾਣੀ ਚਾਹੀਦੀ ਹੈ ਕੁਝ ਲੋਕ ਇਹ ਕਹਿ ਰਹੇ ਨੇ ਕਿ ਰਵਾਇਤੀ ਨਸ਼ਾ ਸੀਗਾ ਜਿਹੜਾ ਉਹਨੂੰ ਕਿਤੇ ਨਾ ਕਿਤੇ ਪਰਮਿਸ਼ਨ ਦੇਣੀ ਚਾਹੀਦੀ ਤਾਂ ਜੋ ਜਿਹੜਾ ਅੱਜ ਕੱਲ੍ਹ ਜਾਣ ਲੇਵਾ ਨਸ਼ਾ ਚੱਲ ਰਿਹਾ ਪੰਜਾਬ ਦੇ ਵਿੱਚ ਫੈਲਿਆ ਹੋਇਆ ਨੌਜਵਾਨਾਂ ਦੀਆਂ ਲਗਾਤਾਰ ਲਾਸ਼ਾਂ ਵੇਛ ਰਹੀਆਂ ਨੇ ਉਹ ਤੋਂ ਕਿਤੇ ਨਾ ਕਿਤੇ ਰਾਹਤ ਮਿਲ ਸਕੇ ਰਵਾਇਤੀ ਨਸ਼ੇ ਨੂੰ ਤੁਸੀਂ ਕਿਦਾ ਦੇ? ਇਹ ਤਾਂ ਵੈਸੇ ਠੀਕ ਹੈ ਜੀ ਅਸੀਂ ਰਵਾਇਤੀ ਨੂੰ ਜਿੱਤਨਾ ਅਫੀਮ ਵਗੈਰਾ ਜੀ ਤਾਂ ਇਹ ਜੇ ਹੋ ਜੇ ਖੋਲ੍ਹ ਦੇ ਤਾਂ ਠੀਕ ਹੈ ਵੈਸੇ। ਬਾਕੀ ਇਹ ਨਸ਼ਾ ਜਿਹੜਾ ਆਪਣਾ ਟੀਕੇਲਾ ਨੇ ਇਹ ਚੀਤੇ ਚੁੱਟੇ ਕਹਿੰਦੇ ਨੇ ਜਿਹੜਾ ਇਹਨੂੰ ਬੰਦ ਕਰਨਾ ਚਾਹੀਦਾ। ਜੇ ਅਸੀਂ ਗੱਲ ਸਿੱਧੇ ਮੋٹے ਤੌਰ ਤੇ ਦੇਖੀਏ ਤਾਂ ਤੁਹਾਨੂੰ ਕਿਉਂ ਲੱਗਦਾ ਕਿ ਕੀ ਕੀ ਲੱਗਦਾ ਕਿ ਨੌਜਵਾਨੇ ਕਿਉਂ ਲਗਾਤਾਰ ਨਸ਼ੇ ਵੱਲ ਜਾ ਰਹੀ ਹੈ ਮੈਂ ਕਹਾ ਵੀ ਇਹ ਲੋਕ ਬੇਲੇ ਹੈ ਜਿਹਦੀ ਮੈਂ ਕਹਾ ਕਿਸੇ ਕਰਕੇ ਇਸੇ ਤੇ ਜੇ ਨੌਕਰੀਆਂ ਮਿਲ ਜਾਣਿਆ ਹੋਰ ਫਿਰ ਸਹਿਤ ਫਰਕ ਪੈ ਜਾ ਜੀ ਸਰਕਾਰ ਕਹਿ ਰਹੀ ਹੈ ਵੀ ਅਸੀਂ ਨਸ਼ੇ ਦੇ ਤਸਕਰਾਂ ਖਿਲਾਫ ਹੁਣ ਮੌਤ ਦੀ ਸਜ਼ਾ ਦੀ ਮੰਗ ਕਰ ਰਹੇ ਹੈ ਕੇਂਦਰ ਤੱਕ ਕਿਦਾਂ ਦੇਖਦੇ ਇਸ ਚੀਜ਼ ਨੂੰ ਚਾਹੀਦੀ ਤਾਂ ਹੈ ਜੀ ਬਸ ਬਹੁਤ ਹੀ ਜ਼ਰੂਰੀ ਚਾਹੀਦੀ ਕਿ ਉਸ ਦੇ ਜਿਹੜੇ ਤਜ਼ਕਰ ਪਹਿਲਾਂ ਨਹੀਂ ਨਹੀਂ ਨੱਤ ਪਾਣੀ ਚਾਹੀਦੇ ਜੀ ਇਹ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਕੁਝ ਪੁਲਿਸ ਅਧਿਕਾਰੀਆਂ ਦੇ ਨਾਂ ਵੀ ਆ ਰਹੇ ਨਸ਼ਾ ਦਸਕਰੀ ਦੇ ਵਿੱਚ ਇਹ ਚੀਜ਼ ਕਿਦਾਂ ਦੇਖਦੇ ਤੁਸੀਂ ਇਹ ਹੋ ਸਕਦਾ ਜੀ ਹਾਇ ਤਾਂ ਵੈਸੇ ਤੁਹਾਨੂੰ ਪਤਾ ਹੀ ਹੈ ਹੁਣ ਇਹ ਤਾਂ ਪਹਿਲਾਂ ਜੜਾਂ ਤੋਂ ਹੀ ਪੁੱਟਣਾ ਚਾਹੀਦਾ ਜੀ ਵੈਸੇ ਨੌਜਵਾਨ ਪੀੜੀ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਆਪਣੇ ਵੱਲੋਂ ਤੁਸੀਂ ਤਾਂ ਜੋ ਨਸ਼ਿਆਂ ਦੇ ਨਸ਼ਿਆਂ ਤੋਂ ਦੂਰ ਰਹੇ ਨੌਜਵਾਨ ਮੈਂ ਤਾਂ ਇਹ ਕਹੂੰਗਾ ਵੀ ਕੋਈ ਵੀ ਵੀਰ ਮੇਰਾ ਨਸ਼ਿਆਂ ਤੋਂ ਦੂਰ ਰਹੇ ਕਿਉਂਕਿ ਇਹ ਪਰਬਤੀ ਦਾ ਹੀ ਕਾਰ ਨਹੀਂ ਸਾਰਾ ਪਰਬਤੀ ਹੁੰਦੀ ਹੈ ਇਹ ਮਾ ਬਾਪ ਕਿਰਪਾ ਕਰਕੇ ਮਾਰ ਇਹਨਾਂ ਨੂੰ ਸਮਤੀ ਬਖਸ਼ੇ ਹਾਂ ਇਹਨਾਂ ਨੂੰ ਕੰਦੇ ਵਿੱਚ ਵਿਚਰ ਕੇ ਪੰਜਾਬ ਦੇ ਵਿੱਚ ਫਿਰੇ ਨਸ਼ੇ ਬਾਰੇ ਗੱਲਬਾਤ ਕਰ ਰਹੇ ਹਾਂ ਪੁੱਛ ਰਹੇ ਹਾਂ ਉਹਨਾਂ ਤੋਂ ਜੇ ਬਦਲਾ ਦਿੱਤਾ ਜਾਂਦਾ ਤਾਂ ਉਹਨੂੰ ਇਹ ਪ੍ਰਵਾਨ ਕਰਦੇ ਨੇ ਲੋਕ ਜਾਂ ਕੀ ਇਹਨਾਂ ਦਾ ਹੈ ਉਸ ਬਾਰੇ رائے ਰੱਖਦੇ ਨੇ ਕੀ ਨਾਮ ਜੀ ਤੁਹਾਡਾ ਮਲਾਗਰ ਸਿੰਘ ਕਿਦਾਂ ਦੇਖਦੇ ਬਾਬਾ ਜੀ ਪੰਜਾਬ ਦੇ ਵਿੱਚ ਇਸ ਵਕਤ ਜਿਹੜਾ ਨਸ਼ਾ ਫੈਲਿਆ ਹੋਇਆ ਉਹਨੂੰ ਤੁਸੀਂ ਕਿਦਾਂ ਦੇਖਦੇ ਅਸੀਂ ਜਿਹੜਾ ਹੁਣ ਨਸ਼ਾ ਦੇਖ ਰਹੇ ਆ ਜਿਹੜਾ ਤੁਹਾਡਾ ਸਟੋਰੀ ਦਾ ਆ ਗਿਆ ਚਿੱਟਾ ਆ ਗਿਆ ਕਾ ਹੋਰ ਕੈਵਸੂ ਲਾਗੇ ਕਿਆ ਕ੍ਰੈਸਾ ਆ ਗਿਆ ਫ੍ਰੈਸਾ ਆ ਗਿਆ ਇਹਨਾਂ ਤੇ ਬੜੇ ਦੁਖੀ ਆ ਸਾਰੇ ਜਿਹੜਾ ਨਸ਼ਾ ਪਹਿਲਾਂ ਤਾਂ ਅਸੀਂ ਡੋਡੇ ਫੀਮ ਖਾ ਕੇ ਲੋਕੀ ਕੰਮ ਕਰਦੇ ਸੀ ਹਰੇ ਕੇ ਸਿਆਣਾ ਸਰੀਰ ਵੀ ਖਾ ਕੇ ਦੂਣਾ ਕੰਮ ਕਰਦਾ ਆਪਣੇ ਬੱਚੇ ਪਾਲ ਰਿਆ ਉਹਨਾਂ ਨੂੰ ਇਹ ਮਲਮੜਿਆਂ ਨੂੰ ਪਕੜੀ ਜਾਂਦੇ ਇਹ ਛੋਟਿਆਂ ਨੂੰ ਬੜਿਆਂ ਨੂੰ ਸਟਾਰਟ ਕਰਤੇ ਆ ਤੇ ਜਵਾਨ ਪੀੜੀ ਲੰਘਦੀ ਜਾ ਰਹੀ ਆ ਟੀਕਾ ਲਾਇਆ ਤੇ ਆਊਟ ਹੈ ਜਿਹੜਾ ਕੰਮ ਤੁਹਾਨੂੰ ਤੁਹਾਨੂੰ ਲੱਗਦਾ ਜਾਨੀ ਕਿ ਜਿਹੜੇ ਪੁਰਾਣੇ ਨਸ਼ੇ ਸੀਗੇ ਰਵਾਇਤੀ ਨਸ਼ੇ ਸੀਗੇ ਉਹਨਾਂ ਨੂੰ ਪ੍ਰਮਾਨਗੀ ਦੇਣੀ ਚਾਹੀਦੀ ਉਹ ਉਹ ਪ੍ਰਮਾਨਗੀ ਤਾਂ ਜਰੂਰ ਖੁੱਲੀ ਕਰਦਾਨੀ ਚਾਹੀਦੀ ਹੈ ਤੇ ਅੱਧੀ ਦੁਨੀਆ ਬਚ ਜੂਗੀ ਕੋਈ ਕਿੱਤਾ ਨਹੀਂ ਘਟੂਗਾ ਇਸ ਦੇ ਕਾਰਨ ਦੁਨੀਆ ਮਰਨੇ ਵਾਲੀ ਹੋਗੀ ਇਹਨਾਂ ਪਤੇ ਜੇ ਕਿਸੇ ਪਤੇ ਚੁਟਕੀ ਤੇ ਮਰ ਗਿਆ ਖਾਣੇ ਵਾਲੇ ਤੇ ਮਾਤਰ ਤੇ ਮਾਰ ਮਾਰ ਡੰਡੇ ਉਤੇ ਉਈਓ ਧੱਕੇ ਦੇ ਕਹਦਣਾ ਤੇਰੇ ਕੋਲ ਕਿਲੋ ਹੈ ਤੇਰੇ ਕੋਲ 2 ਕਿਲੋ ਹੈ ਤੇ ਜਿਹੜਾ ਕੰਮ ਕਰਨੇ ਵਾਲਾ ਉਹ ਰੋਕੋ ਵੀ ਚਿੱਟੇ ਨੂੰ ਜਾਂ ਸਮੈਕ ਨੂੰ ਜਾਂ ਕੈਵਸੂਲੀ ਜਾਂ ਟੀਕੇ ਲਾ ਰਹੇ ਆ ਬੱਚੇ ਪੁੱਛ ਕੇ ਦੇਖੂ ਨਾ ਮਾਮਾ ਨੂੰ ਜਿਨ੍ਹਾਂ ਦੇ ਪੁੱਤ ਜਵਾਨ ਅੱਜ ਤੁਰ ਗਏ ਜੇ ਛਿੜਕਦੇ ਆ ਤੇ ਤਾਂ ਐਰ ਤੇ ਚਾਲ ਮਾਰਦੇ ਆ ਕਿਉਂਕਿ ਉਹ ਚੀਜ਼ ਮਹਿੰਗੀ ਹੈ ਇਹ ਜਰੂਰ ਬੇਨਤੀ ਆ ਸਰਕਾਰ ਨੂੰ ਕੇ ਵਿਵਹਤ ਬਣ ਕੇ ਤੁਹਾਡੀ ਬੜੀ ਬਹਾਦਰੀ ਹੈ ਜੇਕਰ ਤੁਸੀਂ ਇਹ ਚਿੱਟੇ ਨਸ਼ੇ ਨੂੰ ਜਾਂ ਹੋਰ ਜਿੰਨੇ ਸਟੋਰੀ ਨਸ਼ੇ ਇਹਨਾਂ ਨੂੰ ਰੋਕਦੇ ਆਂ ਇਹ ਜਿਹੜੇ ਫੀਮ ਡੋਡੇ ਇਹਨਾਂ ਦੇ ਨਾਲ ਕੋਈ ਬੰਦੇ ਮਰਦੇ ਨਹੀਂ ਇਹਨਾਂ ਦੇ ਨਾਲ ਕੰਮ ਕਰਦੇ ਆਂ بڑے ਘਰ ਦੇ ਵਿੱਚ ਸਾਰੇ ਹਰੇਕੇ ਜੇ ਮਜ਼ਦੂਰ ਵੀ ਇਦ ਨੂੰ ਖਾ ਲਵੇ ਤਾਂ ਵੀ ਉਹ ਕੰਮ ਕਰਦਾ ਚਾਹੇ ਉਹ ਕਿਸੇ ਕੇ ਨੌਕਰ ਹੈ ਚਾਹੇ ਕਿਸੇ ਕੇ ਦਿਹਾੜੀ ਹੈ ਨਾ ਕੋਈ ਲੜਾਈ ਹੈ ਨਾ ਪੜ੍ਹਾਈ ਹੈ ਇਹਨਾਂ ਚੀਜ਼ਾਂ ਨੂੰ ਖਾ ਕੇ ਤਾਂ ਲੋਕਾਂ ਨੇ ਬਸ ਆਪਣੀ ਮੌਤ ਸੇੜ ਲਈ ਉਮਰੀਕ ਸਿੰਘ ਹੈ ਜੀ ਕਿੱਦਾਂ ਦੇਖਦੇ ਤੁਸੀਂ ਵੀ ਪੰਜਾਬ ਦੇ ਵਿੱਚ ਇਸ ਵਕਤ ਨਸ਼ੇ ਦੇ ਹਾਲਾਤ ਕਿੰਨੇ ਮਾੜੇ ਨੇ ਪੰਜਾਬ ਵਿੱਚ ਨਸ਼ੇ ਦੇ ਹਾਲਾਤ ਬਹੁਤ ਮਾੜੇ ਨੇ ਜਿਹੜਾ ਚਿੱਟਾ ਚੱਲ ਰਿਹਾ ਟੀਗੇ ਚੱਲ ਰਹੀਆਂ ਨਾਲ ਬਹੁਤ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਇਹਨੂੰ ਹੀ ਤੇ ਨੱਥ ਪਾਈ ਜਾ ਹੈ ਜਿਹੜੇ ਫੀਮ ਹੈ ਡੋਡੇ ਖਾਣਦੇ ਆ ਉਹਦੇ ਨਾਲ ਕਿਸੇ ਦੀ ਕੋਈ ਮੌਤ ਨਹੀਂ ਹੁੰਦੀ ਜੇ ਅਸੀਂ ਗੱਲ ਕਰੀਏ ਫੀਮ ਡੋਡੇ ਜਾਂ ਜਿਹੜਾ ਰਵਾਇਤੀ ਨਸ਼ਾ ਹੋ ਗਿਆ ਇਹ ਇਹਨੂੰ ਵੀ ਕਹਿੰਦੇ ਨਸ਼ਾ ਹੀ ਮੰਨਦੇ ਆ ਲੋਕ ਤੇ ਜੇ ਇਹ ਤੇ ਲੱਗੇ ਨੌਜਵਾਨ ਫਿਰ ਉਹਨੂੰ ਵੀ ਨਹੀਂ ਛੱਡ ਸਕਦੇ ਉਹ ਇਹ ਤੇ ਫੇਰ ਵੀ ਥੋੜਾ ਬਹੁਤਾ ਫਰਕ ਤਾਂ ਹੈ ਦੁਨੀਆਂ ਤੇ ਨੁਕਸਾਨ ਨਹੀਂ ਹੁੰਦਾ ਜਿਹੜੇ ਚੀਤੇ ਟੀਕੇ ਲਾਉਂਦੇ ਆ ਉਹਦੇ ਨਾਲ ਬਹੁਤ ਨੁਕਸਾਨ ਹੋ ਰਿਹਾ ਲੋ ਕਿਦਾਂ ਦੇਖਦੇ ਜਿਹੜੇ ਨੌਜਵਾਨ ਪੁੱਤ ਮਰ ਰਹੇ ਨੇ ਅੱਜ ਕੱਲ ਨਸ਼ੇ ਦੇ ਕਰਕੇ ਟੀਕੇ ਲਗਾ ਕੇ ਤੁਹਾਨੂੰ ਕੀ ਲੱਗਦਾ ਕੀ ਕਾਰਨਾ ਵੀ ਉਹ ਨੌਜਵਾਨ ਜਿਹੜੇ ਲਗਾਤਾਰ ਨਸ਼ੇ ਵੱਲ ਜਾਂਦੇ ਇਹ ਸਰਕਾਰ ਨੂੰ ਬਹੁਤ ਵੱਡਾ ਸੋਚਣਾ ਪਊਗਾ ਵੀ ਤੇ ਬਹੁਤ ਵੱਡੀ ਨੱਥ ਪਾਣੀ ਪਊਗੀ ਬੜ ਬੜੇ ਜਿਹੜੇ ਸਮਾਗਮ ਨੇ ਉਹ ਉਹਨਾਂ ਦੇ ਨੱਥ ਪਾਈ ਜਹੇ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਘਰ ਘਰ ਮੌਤਾਂ ਹੋ ਰਹੀਆਂ ਨੇ ਨੌਜਵਾਨ ਜਿਹੜੇ ਨੇ ਲਗਾਤਾਰ ਨਸ਼ੇ ਦੀ ਚਪੇੜ ਦੇ ਵਿੱਚ ਨੇ ਇਸ ਵਕਤ ਸਰਕਾਰ ਆਪਣੇ ਵੱਲੋਂ ਕੋਸ਼ਿਸ਼ਾਂ ਕਰਦੇ ਜਾ ਰਹੀ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਨਸ਼ੇ ਨੂੰ ਠੱਲ ਪਾਈ ਜਾਵੇ ਵੱਡੇ ਪੱਧਰ ਤੇ ਪੁਲਿਸ ਤੰਤਰ ਤੇ ਇਹ ਇਲਜ਼ਾਮ ਵੀ ਲੱਗ ਰਹੇ ਨੇ ਕਿ ਉਹ ਵੀ ਨਸ਼ਾ ਤਸਕਰੀ ਦੇ ਵਿੱਚ ਫੈਲੇ ਹੋਏ ਨੇ ਆ ਆਪਣੇ ਪੈਰ ਪਾਏ ਹੋਏ ਨੇ ਉਹਨਾਂ ਨੇ ਤੇ ਲੋਕ ਆਵਾਮ ਇਹਨਾਂ ਦੇ ਖਿਲਾਫ ਉੱਠ ਚੁੱਕਾ ਹੈ ਤੇ ਉਹਨਾਂ ਦੇ ਵੱਲੋਂ ਵੀ ਲੋਕਾਂ ਦੇ ਵੱਲੋਂ ਵੀ ਕਿਤੇ ਨਾ ਕਿਤੇ ਕਾਲਾ ਹਫਤਾ ਮਨਾ ਕੇ ਚਿੱਟੇ ਦੇ ਖਿਲਾਫ ਵਿਰੋਧ ਪ੍ਰਗਟਾਇਆ ਜਾ ਰਿਹਾ ਕਿਉਂਕਿ ਸਰਕਾਰਾਂ ਅਤੇ ਪ੍ਰਸ਼ਾਸਨ ਤੇ ਉਹਨਾਂ ਦੇ ਯਕੀਨ ਜਿਹੜੇ ਨੇ ਉੱਠ ਚੁੱਕੇ ਨੇ ਆਮ ਲੋਕਾਂ ਦੇ ਵਿੱਚ ਵਿਚਰ ਰਹੇ ਆ ਕਿਤ ਇਹ ਵੀ ਸਵਾਲ ਉੱਠ ਰਹੇ ਨੇ ਕਿ ਜਿਹੜਾ ਅੱਜ ਕੱਲ ਜਿਹੜਾ ਸਿੰਥੈਟਿਕ ਨਸ਼ਾ ਆ ਉਹ ਲੋਕਾਂ ਦੇ ਲਈ ਘਾਤਕ ਸਾਬਤ ਹੋ ਰਿਹਾ ਉਹਨੂੰ ਠੱਲ ਪਾਉਣ ਦੇ ਲਈ ਰਵਾਇਤੀ ਨਸ਼ੇ ਨੂੰ ਪ੍ਰਵਾਨਗੀ ਦੇਣੀ ਚਾਹੀਦੀ ਹੈ ਤੇ ਉਸ ਚੀਜ਼ ਨੂੰ ਕਿੱਦਾਂ ਦੇਖਦੇ ਨੇ ਲੋਕਾਂ ਨਾਲ ਗੱਲ ਕਰਦੇ ਆਂ ਕੀ ਨਾਮ ਜੀ ਤੁਹਾਡਾ ਸੰਤ ਸਿੰਘ ਜੀ ਬਾਬਾ ਜੀ ਕਿੱਦਾਂ ਦੇਖਦੇ ਆਂ ਤੁਸੀਂ ਵੀ ਨਸ਼ਾ ਪੰਜਾਬ ਦੇ ਵਿੱਚ ਕਿੰਨਾ ਇਸ ਵਕਤ ਮਾਰੂ ਸਾਬਤ ਹੋ ਰਿਹਾ ਨਸ਼ਾ ਦਾ ਬਰੇਕ ਕਾਫੀ ਦੇਰ ਤੋਂ ਚੱਲਿਆ ਹੋਇਆ ਪਹਿਲਾਂ ਸਮੈਕ ਦੀ ਹੁਣ ਚਿੱਟਾ ਆ ਗਿਆ ਤੇ ਜਿੰਨੇ ਵੀ ਨਸ਼ੇ ਆ ਇਦਾਂ ਦੇ ਮੈਡੀਕਲ ਨਸ਼ੇ ਹੋਏ ਹੋਰ ਤੇ ਸਾਰੇ ਹੀ ਘਾਤ ਕਹਾਂਗੇ ਇਨਾਂ ਦੇ ਵਿੱਚ ਨੌਜਵਾਨ ਨਾ ਤਾਂ ਕੋਈ ਏਦਾਂ ਦਾ ਨਸ਼ਾ ਕਰਕੇ ਕੋਈ ਕੰਮਕਾਰ ਕਰ ਸਕਦਾ ਨਾ ਕੋਈ ਘਰ ਦੇ ਵਿੱਚ ਚੰਗੀ ਤਰ੍ਹਾਂ ਵਿਚਰ ਸਕਦਾ ਨਾ ਉਹਨੂੰ ਕਿਸੇ ਘਰਾਂ ਦੇ ਵਿੱਚੋਂ ਕਿਸੇ ਮਾਂ-ਬਾਪ ਕਿਸੇ ਹੋਰ ਉਹਦੇ ਬੰਦੇ ਦਾ ਕਿਸੇ ਦਾ ਮੋਹ ਹੁੰਦਾ ਨਾ ਕੋਈ ਉਹਨੂੰ ਘਰੇਲੂ ਕੰਮਕਾਰ ਦੀ ਆ ਕੋਈ ਕਬੀਲਦਾਰੀ ਦੀ ਕੋਈ ਉਹ ਹੁੰਦੀ ਹੈ ਉਹਨੂੰ ਸਿਰਫ ਨਸ਼ੇ ਦਾ ਕਹੋ ਹੁੰਦਾ ਜੀ ਨਸ਼ੇ ਹੁਣ ਤੁਹਾਡੇ ਸਾਹਮਣੇ ਹੀ ਆ ਜੀ ਹੁਣ ਦੇਖ ਲਓ ਇਹ ਜਿਹੜੇ ਚਿੱਟੇ ਦੇ ਨਸ਼ੇ ਚਲੇ ਆ ਇਹਦੇ ਵਿੱਚ ਕਿੰਨੀਆਂ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਘਰ-ਘਰ 'ਚ ਬੈਣ ਪੈ ਰਹੇ ਆ ਤਸਵੀਰਾਂ ਜਿਹੜੀਆਂ ਤਸਵੀਰਾਂ ਅੱਜ ਕੱਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਇਸ ਜਿਹੜਾ ਇਸ ਵਕਤ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਫੈਲ ਰਿਹਾ ਉਹਦੇ ਖਿਲਾਫ ਆਵਾਜ਼ ਚੁੱਕਣ ਦੇ ਲਈ ਮਜਬੂਰ ਕਰ ਦਿੱਤਾ ਕਿਉਂਕਿ ਹਾਲਾਤ ਜਿਹੜੇ ਨੇ ਹੁਣ ਹੱਦੋਂ ਬਾਹਰ ਹੁੰਦੇ ਨਜ਼ਰ ਆ ਰਹੇ ਨੇ ਕੀ ਕਾਰਨ ਸਮਝਿਓ ਕਿ ਨੌਜਵਾਨ ਜਿਹੜਾ ਲਗਾਤਾਰ ਨਸ਼ੇ ਦੀ ਚਪੇਟ ਦੇ ਵਿੱਚ ਆ ਰਹੇ ਥੋੜੇ ਸਾ ਨੌਜਵਾਨ ਕੁਝ ਤਾਂ ਬੇਰਜ਼ਗਾਰੀ ਹੋ ਗਈ ਜੀ ਕੁਝ ਨੌਜਵਾਨਾਂ ਨੂੰ ਕੋਈ ਧਰਮ ਦੀ ਨਹੀਂ ਕੋਈ ਸਿੱਖਿਆ ਦੇ ਰਿਹਾ ਜੇ ਨੌਜਵਾਨ ਮਾੜਾ ਮੋਟਾ ਕੋਈ ਆਪਣੇ ਧਰਮ ਬਾਰੇ ਆਪਣੇ ਵਿਰਸੇ ਬਾਰੇ ਵੀ ਪਤਾ ਲਗਾਏ ਤਾਂ ਵੀ ਉਹ ਆਪਣਾ ਗੁਰੂ ਘਰਾਂ 'ਚ ਜਾਣ ਸੇਵਾ ਕਰਨ ਮਾੜਾ ਮੋਟਾ ਨਾਮ ਜਪਣ ਤੇ ਇਹੋ ਜੀ ਮਾੜੀ ਲੱਤ ਤੋਂ ਬਚ ਕੇ ਰਹਿਣਗੇ ਇਹ ਕਈ ਮਤਲਬ ਇਹੋ ਜਿਹੀ ਹੌਣ ਤਾਈਆਂ ਜਿਹੜੀਆਂ ਬੱਚਿਆਂ ਤੱਕ ਨਹੀਂ ਸਹੀ ਪਹੁੰਚਾਈਆਂ ਜਾ ਰਹੀਆਂ ਬੱਚਿਆਂ ਨੂੰ ਸੋਝੀ ਨਹੀਂ ਹੈਗੀ ਕੋਈ ਨੌਲੇਜ ਨਹੀਂ ਹੈ ਇਦਾਂ ਦੀ ਇਹ ਇੱਕ ਬਹੁਤ ਅਹਿਮ ਚੀਜ਼ ਆ ਕਿ ਸਾਡੇ ਸਿੱਖ ਇਤਿਹਾਸ ਦੀ ਗੱਲ ਕਰੀਏ ਵਿਰਾਸਤ ਦੀ ਗੱਲ ਕਰੀਏ ਬਹੁਤ ਸਾਰੇ ਸਾਕੇ ਅਜਿਹੇ ਨੇ ਬਹੁਤ ਸਾਰੀਆਂ ਘਟਨਾਵਾਂ ਅਜਹੀਆਂ ਨੇ ਜਿਹੜੀਆਂ ਹਾਲੇ ਨੌਜਵਾਨ ਪੀੜੀ ਤੱਕ ਪਹੁੰਚਾਉਣ ਦਾ ਵਧੀਆ ਤਰੀਕਾ ਨਹੀਂ ਲੱਭਿਆ ਗਿਆ ਵਧੀਆ ਤਰੀਕੇ ਨਾਲ ਪਹੁੰਚਾਈਆਂ ਨਹੀਂ ਜਾ ਰਹੀਆਂ ਕਿਉਂਕਿ ਜੇ ਨੌਜਵਾਨ ਪੀੜੀ ਤੱਕ ਬਚਪਨ ਤੋਂ ਹੀ ਉਹਨਾਂ ਨੂੰ ਸਿੱਖਾਂ ਦੇ ਇਤਿਹਾਸ ਨਾਲ ਜੁੜੇ ਸਾਕੇ ਸੁਣਾਏ ਜਾਣ ਕਹਾਣੀਆਂ ਸੁਣਾਈਆਂ ਜਾਣ ਕਿਸੇ ਸੁਣਾਏ ਜਾਣ ਤਾਂ ਮੈਨੂੰ ਲੱਗਦਾ ਕਿ ਤਨਾ ਕਿਤ ਨੌਜਵਾਨ ਪੀੜੀ ਨਸ਼ੇ ਵਾਲਾ ਮੂਵ ਨਹੀਂ ਕਰੇਗੀ ਤੁਹਾਨੂੰ ਕਿੱਥੇ ਲੱਗਦਾ ਵੀ ਕਿਉਂ ਇਹ ਚੀਜ਼ਾਂ ਜਿਹੜੀਆਂ ਨੇ ਜਿਹੜੀਆਂ ਸਿੱ ਜੁੜੀਆਂ ਹੋਈਆਂ ਨੇ ਇਤਿਹਾਸ ਜਿਹੜਾ ਆ ਉਹ ਨੌਜਵਾਨ ਪੀੜੀ ਤੱਕ ਕਿਉਂ ਨਹੀਂ ਪਹੁੰਚ ਰਿਹਾ ਇਹ ਕੁਸਰ ਸਿੱਖਤ ਆਸ ਦੀ ਵੀ ਜਿਹੜੀ ਪ੍ਰਚਾਰ ਦੀ ਉਹ ਵੀ ਘਾਟ ਹੈਗੀ ਕੁਸਰੋਮਣੀ ਕਮੇਟੀ ਹੈ ਉਹ ਵੀ ਤੁਹਾਨੂੰ ਪਤਾ ਹੀ ਹੈ ਜੀ ਹੁਣ ਵੀ ਕਿੱਥੇ ਤੱਕ ਸੀਮਤ ਹੋਈ ਵੀ ਹੈ ਆਮ ਕਿਤੇ ਅਸਥਾਨਾਂ ਦੇ ਉੱਤੇ ਕੋਈ ਜੋੜ ਮੇਲੇ ਹੁੰਨੇ ਆ ਕੋਈ ਬੱਚਾ ਜਿਹੜਾ ਚਲੇ ਗਿਆ ਕੋਈ ਗੁਰੂ ਘਰ ਨਾਲ ਜੁੜ ਗਿਆ ਉਹ ਬਚ ਗਿਆ ਜਿਹੜਾ ਨਹੀਂ ਕੋਈ ਬੱਚਾ ਗੁਰੂ ਘਰ ਵੱਲੋਂ ਕੋਈ ਜਾਂਦਾ ਕੋਈ ਕੋਈ ਸਿੱਖਿਆ ਨਹੀਂ ਉਹਨੂੰ ਮਿਲਦੀ ਹੈਗੀ ਉਹ ਇਧਰ ਨੂੰ ਚੱਲਦੇ ਆ ਬੱਚੇ ਉਹ ਜਿਹੜੇ ਬੇਲੇ ਰਹਿੰਦੇ ਆ ਬੱਚੇ ਆਪਸ ਵਿੱਚ ਇਕੱਠੇ ਹੁੰਨੇ ਆ ਇੱਕ ਬੱਚਾ ਕੋਈ ਏਦਾਂ ਦਾ ਕੋਈ ਨਸ਼ਾ ਕਰ ਰਿਹਾ ਉਹ ਗਾਹਾਂ ਦੇ ਗਾਹਾਂ ਹੋਰ ਬੱਚਿਆਂ ਨੂੰ ਨਾਲ ਜੋੜੀ ਜਾਂਦਾ ਇਹ ਤਰੀਕੇ ਨਾਲ ਗਾਹਾਂ ਦੇ ਗਾਹਾਂ ਇਹ ਨਸ਼ਾ ਵਧ ਹੀ ਜਾਂਦਾ ਜੀ ਇੱਕ ਕਹਿ ਲਈਏ ਵੀਲ ਨਹੀਂ ਜਿੱਦਾਂ ਦਰਖਤ ਨੂੰ ਚਿੰਬੜ ਜਾਵੇ ਤੇ ਉਹ ਲਗਾਤਾਰ ਵਧ ਹੀ ਜਾਂਦੀ ਹੈ ਇਸ ਵਕਤ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਹੈ ਨੌਜਵਾਨਾਂ ਨੂੰ ਇਸ ਉਸ ਮਾੜੀ ਵੀਲ ਦੇ ਵਾਂਗ ਚਿੰਬੜ ਚੁੱਕਾ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਤੇ ਉਹਦਾ ਹੱਲ ਹਲੇ ਨਹੀਂ ਲੱਭ ਰਿਹਾ ਕਿ ਤਨਾ ਕਿਤੇ ਉਸ ਵੀਲ ਦੀਆਂ ਜੜਾਂ ਪੁੱਟਣ ਦੀ ਲੋੜ ਹੈ ਤੁਹਾਨੂੰ ਲੱਗਦਾ ਕਿ ਸਰਕਾਰ ਆਪਣੀ ਭੂਮਿਕਾ ਸਹੀ ਨਿਭਾ ਰਹੀ ਹੈ ਦੇਖੋ ਸਰਕਾਰ ਹੁਣ ਮਾੜੀ ਮੋਟੀ ਸचेਤ ਹੋਈ ਹੈ ਇੱਕ ਸਾਲ ਹੋ ਗਏ ਮਤਲਬ ਸਰਕਾਰ ਬਣੀ ਨੂੰ ਪਹਿਲਾਂ ਸਰਕਾਰ ਦਾ ਕੋਈ ਐਡਾ ਇਸ ਪਾਸੇ ਵੱਲ ਧਿਆਨ ਨਹੀਂ ਸੀ ਹਾਲਾਂਕਿ ਜਦੋਂ ਸਰਕਾਰ ਬਣੀ ਹੈ ਉਸ ਟਾਈਮ ਇਸ ਚੀਜ਼ ਦਾ ਬੇਚੇਰਾ ਪ੍ਰਚਾਰ ਸੀ ਬੇਚੀਜ਼ ਨੂੰ ਕੰਟਰੋਲ ਕਰਾਂਗੇ ਤੇ ਹੁਣ ਜਦੋਂ ਇਹ तकरीबन ਨਿਤਦਾ ਹੀ ਮੈਂ ਪੇਪਰਾਂ ਦੇ ਵਿੱਚ ਆ ਰਿਹਾ ਕਿ ਤੇ ਤਿੰਨ ਮੌਤਾਂ ਹੋ ਗਈਆਂ ਕਿ ਤੇ ਚਾਰ ਹੋ ਗਈਆਂ ਹੁਣ ਇਹ ਚੀਜ਼ ਨੂੰ মিডিਆ ਵੀ ਚੱਕ ਰਿਹਾ ਹੋਰ ਵੀ ਪਾਰਟੀਆਂ ਵੀ ਸਾਰੀਆਂ ਇਦਾਂ ਇਹਦੇ ਖਿਲਾਫ ਬੋਲ ਰਹੀਆਂ ਹੁਣ ਸਰਕਾਰ ਮਾੜੀ ਮੋਟੀ ਸचेत ਹੋਈ ਹੈ ਵੈਸੇ ਸਰਕਾਰ ਨੂੰ ਇਸ ਚੀਜ਼ ਵੱਲ ਪੂਰਾ ਪ੍ਰੋਪਰ ਧਿਆਨ ਦੇਣਾ ਚਾਹੀਦਾ ਜਿਹੜੇ ਨਸ਼ੇ ਦੇ ਵੱਡੇ ਸੰਗਲਰਾਂ ਉਦਾਂ ਇਹ ਹੈ ਜਿੱਥੋਂ ਨਸਾ ਆ ਰਿਹਾ ਉਹ ਚੀਜ਼ ਦੀ ਮਤਲਬ ਸਿਰੇ ਤੱਕ ਹੋ ਕਰਕੇ ਜਿਹੜੇ ਅਪਰਾਧੀ ਬੰਦੇ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਣਾ ਚਾਹੀਦਾ ਇਹ ਚੀਜ਼ ਨੂੰ ਪੂਰੀ ਪ੍ਰਾਪਰ ਤਰੀਕੇ ਨਾਲ ਕੰਟਰੋਲ ਕਰਨਾ ਚਾਹੀਦਾ ਜੀ ਕਿਉਂਕਿ ਜਿਹੜੀਆਂ ਜੜ੍ਹਾਂ ਨੇ ਜਾਨਕੀ ਆਪਾਂ ਜਿੱਦਾ ਪਹਿਲਾਂ ਗੱਲ ਕੀਤੀ ਜੜ੍ਹਾਂ ਜਿਹੜੀਆਂ ਨੇ ਉਹਨਾਂ ਨੂੰ ਕਿਤੇ ਨ ਕਿਤੇ ਵੱਡਣ ਦੀ ਲੋੜ ਆ ਨਾ ਕਿ ਛੋਟੇ-ਮੋਟੇ ਤਸਕਰ ਜਿਹੜੇ ਨੇ ਉਹਨਾਂ ਨੂੰ ਕੀ ਨਾਮ ਚ ਤੁਹਾਡਾ ਗੁਰਦੇਵ ਸਿੰਘ ਬਾਬਾ ਜੀ ਕਿੱਦਾਂ ਦੇਖਦੇ ਇਸ ਵਕਤ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਦਾ ਹਾਲਾਤ ਹੈ ਨਸ਼ੇ ਕਰਕੇ ਹਾਲਾਤ ਬਣੇ ਹੋਏ ਨੇ ਪੰਜਾਬ ਵਿੱਚ ਕਿੱਦਾਂ ਦੇਖਦੇ ਨਸ਼ਾ ਤਾਂ ਜੀ ਮਾਰ ਰਹੀ ਹੈ ਚਾਹੇ ਕੋਈ ਵੀ ਹੋਵੇ ਨਸ਼ੇ ਹੁਣ ਤਾਂ ਖਰਚੇ ਉਹੀ ਚਲਾਣੇ ਔਖੇ ਹੋਏ ਨੇ ਨਸ਼ੇ ਕਾਕੇ ਕਰਨੀ ਚਲਦੇ ਜੀ ਤਹਾਡੇ ਹਿਸਾਬ ਦੇ ਨਾਲ ਜੇ ਅਸੀਂ ਨੌਜਵਾਨਾਂ ਦੀ ਗੱਲ ਕਰੀਏ ਕਿਉਂ ਲਗਾਤਾਰ ਨਸ਼ੇ ਵੱਲ ਜਾ ਰਹੇ ਇੱਕ ਤਾਂ ਬੇਲੇ ਜੀ ਹੁਣ ਕੰਮਕਾਰ ਨਹੀਂ ਕੋਈ ਹੈ ਇੱਕ ਆਪਣਾ ਸਿੱਖ ਇਤਿਹਾਸ ਵੀ ਨਹੀਂ ਪੂਰਾ ਕੰਮ ਸਰਹੌਣੀ ਕਮੇਟੀ ਨਹੀਂ ਸਮਝਾ ਰਹੀ ਕੁਝ ਤੇ ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਨ ਕਿਤੇ ਨੌਜਵਾਨਾਂ ਨੂੰ ਸੁਚੇਤ ਕਰਨਾ ਚਾਹੀਦਾ ਸਰਕਾਰ ਨੂੰ ਵੀ ਚਾਹੀਦਾ ਪਰਿਵਾਰਾਂ ਨੂੰ ਵੀ ਚਾਹੀਦਾ ਤਾਂ ਜੋ ਨੌਜਵਾਨ ਨਸ਼ੇ ਵੱਲ ਜਾਣ ਹੀ ਇਹ ਬੇਲੇ ਜੀ ਹੁਣ ਕੰਮ ਨਹੀਂ ਕਰਦੇ ਕੰਮ ਆ ਵੀਨਾ ਫਿਰ ਤਾਂ ਜਾ ਤਾਂ ਨਸ਼ੇ ਕਰਨੀ ਮਨੁਸ਼ੀਤਾਨ ਦਾ ਕਰ ਅਕਸਰ ਆਪਾਂ ਇਹ ਕਹਾਵਤ ਸੁਣ ਲੈਂਦੇ ਆ ਕਿ ਕਿ ਵੇਲਾ ਮਨ ਸ਼ੈਤਾਨ ਦਾ ਕਰ ਹੁੰਦਾ ਇਸੇ ਕਰਕੇ ਨੌਜਵਾਨ ਜਿਹੜੇ ਲਗਾਤਾਰ ਨਸ਼ੇ ਦੇ ਵੱਲ ਜਾ ਰਹੇ ਨੇ ਬਾਬਾ ਜੀ ਕੀ ਨਾਮ ਤੁਹਾਡਾ ਹਜੇ ਸਿੰਘ ਕਿੱਦਾਂ ਦੇਖਦੇ ਪੰਜਾਬ ਦੇ ਵਿੱਚ ਇਸ ਵਕਤ ਨਸ਼ੇ ਦੇ ਹਾਲਾਤਾਂ ਨੂੰ ਤੇ ਨਾਲ ਦੀ ਨਾਲ ਜਿਹੜੀ ਗੱਲ ਉੱਠ ਰਹੀ ਹੈ ਕਿ ਸਿੰਥੈਟਿਕ ਨਸ਼ੇ ਤੇ ਜੇ ਕਾਬੂ ਪੋਣਾ ਜਾਂ ਇਹ ਤੋਂ ਨੌਜਵਾਨਾਂ ਨੂੰ ਬਚਾਉਣਾ ਤਾਂ ਰਵਾਇਤੀ ਨਸ਼ਿਆਂ ਨੂੰ ਪ੍ਰਬੰਧ ਕੀ ਦਿੱਤੀ ਜਾਵੇ ਕਿੱਦਾਂ ਦੇਖਦੇ ਸਾਰੀ ਚੀਜ਼ ਨਹੀਂ ਨਹੀਂ ਕੋਈ ਰਵੈਤੀ ਰਸ ਨਸ਼ਾ ਸਭ ਬਿਲਕੁਲ ਨਹੀਂ ਹੋਣਾ ਚਾਹੀਦਾ ਨਸ਼ਾ ਤਾਂ ਪਹਿਲੇ ਗਵਰਨਮੈਂਟ ਵੀ ਰੋਕ ਰਹੀ ਹੈ ਗਵਰਨਮੈਂਟ ਵੀ ਜਿੰਨਾ ਕੰਮ ਕਰਨਾ ਚਾਹੀਦਾ ਉਹ ਬਿਲਕੁਲ ਨਹੀਂ ਕਰਦੀ ਨਾ ਪੁਲਿਸ ਕਰਦੀ ਹੈ ਇਹ ਸਭ ਮਿਲ ਚਲ ਕੇ ਹੋ ਰਿਹਾ ਜੋ ਵੀ ਹੈ ਸਭ ਕੀ ਮਿਲਿਪੁਤ ਗੱਲ ਹੋ ਰਿਹਾ ਇਹ ਨਸ਼ਾ ਹੋਣਾ ਨਹੀਂ ਚਾਹੀਦਾ ਜਿਹੜੇ ਅੱਜ ਕੱਲ ਇਹ ਬੇਲੇ ਫਿਰਦੇ ਆਂ ਮੁੰਡੇ ਬਿਲਕੁਲ ਬੇਲੇ ਆਂ ਆਪਣੇ ਮਾਪੇ ਕਹਿੰਦੇ ਨਹੀਂ ਜੋ ਕੋਈ ਕਹਿੰਦਾ ਵੀ ਹੈ ਤਾਂ ਬੱਚਾ ਅੱਗੇ ਕਰਦਾ ਨਹੀਂ ਹੈ ਇਹ ਜਿਹੜੇ ਬੇਰੁਜ਼ਗਾਰੀ ਕੇ ਕਾਰਨ ਜੋ ਵੀ ਨਥਾ ਪਿਆ ਰਿਆ ਨਾ ਸਾਰਾ ਬੇਰੁਜ਼ਗਾਰੀ ਕਰਕੇ ਦੂਸਰਾ ਮੇਰਾ ਖਿਆਲ ਆਪਣਾ ਜਿਹੜੇ ਗਾਣਾ ਬਜਾਣਾ ਚੱਲ ਰਹੇ ਹਨ ਇਹ ਜਿਹੜੇ ਹੈ ਨਾ ਟੈਲੀਵਿਜ਼ਨ ਦਾ ਆਮ ਹੈਗੇ ਹੁਣ ਇਹ ਉਹਨਾਂ ਚ ਦੇਖੀ ਜਾਂਦੇ ਆ ਉਹਨਾਂ ਨੂੰ ਦੇਖ ਦੇਖ ਕੇ ਮੁੰਡੇ ਤਾਂ ਭੜਕ ਰਹੇ ਹਨ ਮੇਰਾ ਹਿਸਾਬ ਕਿਤਾਬ ਤਾਂ ਇਹ ਹੈ ਬਾਕੀ ਹੋਰ ਦੇਖੋ ਆਡੇ ਸਾਹਬ ਦੇ ਨਾਲ ਜਿਹੜੇ ਅੱਜ ਕੱਲ ਗਾਣੇ ਆ ਰਹੇ ਨੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਨੌਜਵਾਨ ਪੀੜੀ ਦਾ ਅਸਰ ਹੈ। ਬਿਲਕੁਲ ਅਸਰ ਹੈ ਜੀ। ਉਹਦਾ ਹੈ ਸਾਰਾ ਦਿਨ ਦਿਖਾਣੇ ਹੈ ਕੋਈ ਸਰਾਬੀ ਦਿਖਾ ਰਿਹਾ ਕੋਈ ਗੱਡੀਆਂ 'ਚ ਬੰਦੂਖਾਂ ਲੈ ਕੇ ਘੁੰਮ ਰਿਹਾ ਨਸ਼ੇ ਕਰਕੇ ਘੁੰਮ ਰਿਹਾ ਇਹ ਸਾਰਾ ਇਹਦਾ ਫਰਕ ਪੈਂਦਾ ਹੀ ਹੈ ਜੀ। ਤੁਹਾਡੇ ਹਿਸਾਬ ਦੇ ਨਾਲ ਜੇ ਨਸ਼ੇ ਨੂੰ ਠੱਲ ਪਾਉਣੀ ਹੋਵੇ ਪੰਜਾਬ 'ਚ ਕਿਉਂਕਿ ਇਸ ਵਕਤ ਸਭ ਤੋਂ ਵੱਡੀ ਮੁਸ਼ਕਲ ਆ ਪੰਜਾਬ ਦੇ ਦਰਪੇਸ਼ ਇਹ ਕਿਦਾਂ ਹੱਲ ਹੋ ਸਕਦਾ ਤੁਹਾਡੇ ਸਾਹ ਦੇ ਨਾਲ ਸੁਝਾ ਕੀ ਹੈ? ਜੇ ਨਸ਼ੇ ਨੂੰ ਠੱਲ ਪਾਣੀ ਹੈ ਗਵਰਨਮੈਂਟਰ ਪੁਲਿਸ ਪਾ ਸਕਦੀ ਹੈ ਜੀ ਪਾਉਂਦੀ ਨਹੀਂ। ਬੰਦੇ ਨੇ ਐ ਇਹ ਪਤਾ ਨਹੀਂ ਕਿਹਾ ਹੈ ਕਿਉਂ ਨਹੀਂ ਬੰਦੇ ਪਰ ਜੇ ਪੁਲਿਸ ਚਾਹੇ ਤਾਂ ਪਾ ਸਕਦੀ ਹੈ ਬਹੁਤ ਸਾਰੀਆਂ ਤਾਂ ਕਰ ਸਕਦੀ ਹੈ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਗਈਆਂ ਕਿ ਪੁਲਿਸ ਦੇ ਬੰਦੇ ਵੀ ਹੁਣ ਨਸ਼ਾ ਵੇਚਣ ਦੇ ਵਿੱਚ ਰਲੇ ਹੋਏ ਪੁਲਿਸ ਦੇ ਹੈ ਆ ਜੀ ਵਿੱਚ ਪਤਾ ਨਹੀਂ ਦੋ ਪਕੜੇ ਹੋਏ ਆ ਜਨਾਨੀ ਆਈ ਥੀ ਉਹਨੇ ਕੁੜੀਆਂ ਨੂੰ ਦੱਸਿਆ ਵੀ ਆਹ ਸਾਨੂੰ ਤਾਂ ਪੁਲਿਸ ਵਾਲਿਆਂ ਨੇ ਨਸ਼ੇ ਨੂੰ ਲਾਇਆ ਇਹ ਪੁਲਿਸ ਵਾਲਿਆਂ ਦੇ ਹੱਥ ਹੈ ਜੀ ਵਿੱਚ ਸਰਕਾਰ ਕਹਿੰਦੀ ਵੀ ਅਸੀਂ ਨਸ਼ੇ ਦੇ ਤਸਕਰਾਂ ਖਿਲਾਫ ਹੁਣ ਸਖਤ ਹੋਣ ਜਾ ਰਹੇ ਹਾਂ ਤੇ ਕੇਂਦਰ ਤੋਂ ਮੰਗ ਕਰਾਂਗੇ ਵੀ ਜਿਹੜਾ ਨਸ਼ਾ ਤਸਕਰ ਤਸਕਰੀ ਦਾ ਕੰਮ ਕਰਦਾ ਉਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਕਿਦਾਂ ਦੇ ਦੇ ਜੀ ਮੌਤ ਦੀ ਸਜ਼ਾ ਨਾਲ ਨਹੀਂ ਹੋਰ ਹਟਣ ਲੱਗਿਆ ਇਹ ਸਜ਼ਾ ਤਾਂ ਪਹਿਲੀ ਵetri ਪਹਿਲੇ ਹੁੰਦੀ ਹੀ ਨਹੀਂ ਸਜ਼ਾ ਜਿਹੜੇ ਬڑے ਮਗਰਮਛੇ ਉਹਨਾਂ ਨੂੰ ਸਜ਼ਾ ਹੁੰਦੀੋ ਨਹੀਂ ਆ ਛੋਟਿਆਂ ਨੂੰ ਪਕੜੇ ਜਿਹੜੇ ਖਾਂਦੇ ਆ ਗਰੀਬ ਉਹਨਾਂ ਨੂੰ ਪਕੜੇ ਅੰਦਰ ਕਰਦੇ ਨੇ ਜਿਹੜੇ ਵੇਚਣ ਵਾਲਾ ਨੂੰ ਕੋਈ ਪਕੜਦਾ ਹੀ ਨਹੀਂ ਨੌਜਵਾਨ ਲਗਾਤਾਰ ਨਸ਼ੀ ਚਪੇੜਚ ਨੇ ਜਿਸ ਕਰਕੇ ਆਮ ਲੋਕਾਂ ਦਾ ਇਹ ਕਹਿਣਾ ਕਿ ਭਵੇਂ ਰਵਾਇਤੀ ਨਸ਼ਾ ਹੋਵੇ ਜਾਂ ਫਿਰ ਸਿੰਥੈਟਿਕ ਨਸ਼ਾ ਜਿਹੜਾ ਆਪਾਂ ਡਾਕਟਰੀ ਨਸ਼ਾ ਕਹਿੰਦੇ ਆ ਹਰੇਕ ਤਰ੍ਹਾਂ ਦਾ ਨਸ਼ਾ ਜਿਹੜਾ ਆ ਨੌਜਵਾਨਾਂ ਦੇ ਲਈ ਮਾਰ ਆ ਤੇ ਸਰਕਾਰਾਂ ਨੂੰ ਸੁਚੇਤ ਹੋ ਕੇ ਇਸ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਅਤੇ ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਕਿ ਨਸ਼ੇ ਦੇ ਖਿਲਾਫ ਆਵਾਜ਼ ਬੁਲੰਦ ਕਰਕੇ ਇਸ ਨੂੰ ਠੱਲ ਪਾਇਆ ਜਾ ਸਕੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੌਜਵਾਨ ਪੀੜ੍ਹੀਆਂ ਜਿਹੜੀਆਂ ਨੇ ਉਹ ਇਸ ਨਸ਼ੇ ਦੀ ਚਪੇਟ ਤੋਂ ਬਚ ਸਕਣ ਅਤੇ ਪੰਜਾਬ ਪਹਿਲਾ ਵਾਂਗਾ ਕੁਝ ਚਾਰਲਸ ਉਪਰ ਬਣ ਸਕਿਆ ਫਿਲਹਾਲ ਅੱਜ ਦੇ ਲੋਕਾਂ ਦੇ ਵਿਚਾਰ ਜਾਣੇ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਕਿਤਨੇ ਕਿਤੇ ਜਿਹੜੇ ਰਵਾਇਤੀ ਨਸ਼ੇ ਨੇ ਉਹਨਾਂ ਨੂੰ ਪ੍ਰਵਾਨਗੀ ਦੇਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੇ ਮੁਤਾਬਕ ਜਿਹੜਾ ਸਿੰਥੈਟਿਕ ਨਸ਼ਾ ਆ ਉਹ ਜਾਨਲੇਵਾ ਹੈ ਜਾਨਕਿ ਮਾਰ ਦਿੰਦਾ ਬੰਦੇ ਨੂੰ ਜਿਹੜੇ ਦੂਜੇ ਨਸ਼ੇ ਸੀਗੇ ਜਿਹੜੇ ਰਵਾਇਤੀ ਨਸ਼ੇ ਸੀ ਉਹ ਕਿਤਨੇ ਕਿਤੇ ਲੋਕਾਂ ਨੂੰ ਕੰਮ ਕਰਨ ਦੀ ਸਮਰੱਥਾ ਵਾਖਸ਼ ਦੇਈ ਸੀ ਫਿਲਹਾਲ ਲੋਕਾਂ ਦੀਆਂ ਆਪਣੀਆਂ ਆਪਣੀਆਂ رائے ਨੇ ਪਰ ਨਸ਼ਾ ਜਿਹੜਾ ਇਸ ਵਕਤ ਪੰਜਾਬ ਦੇ ਲਈ ਵੱਡੀ ਸਮੱਸਿਆ ਬਣ ਚੁੱਕਾ ਹੈ ਦਰਪੇਸ਼ ਵੱਡੀ ਸਮੱਸਿਆ ਹੈ